ਤੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਸੰਗਤਾਂ ਆਈਆਂ ਸਨ ਅਤੇ ਮੈਂ ਭਾਈ ਭਾਜੀ ਹੁਣ ਕਿਹਾ ਸੀ ਕਿ ਕੁਰਸੀਆਂ ਘੱਟ ਨੇ ਸੰਗਤਾਂ ਬਹੁਤ ਜ਼ਿਆਦਾ ਨੇ ਅਤੇ ਜੀਰਾ ਸਾਹਿਬ ਜੀ ਨੂੰ ਪਤਾ ਲੱਗ ਗਿਆ ਕਿ ਭਾਜੀ ਹੁਣਾਂ ਦਾ ਕਿੰਨਾ ਵਜਨ ਹੈ, ਕਿੰਨਾ ਇਹਨਾਂ ਦਾ ਕਿਰਦਾਰ ਹੈ ਇਲਾਕੇ ਦੇ ਵਿੱਚ, ਜਿਹਦੇ ਪਿਆਰ ਦੇ ਨਾਲ ਇੱਥੇ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ। ਇੱਕ ਵਾਰ ਆਪਾਂ ਸਾਰੇ ਕਾਂਗਰਸ ਦਾ ਨਾਰਾ ਬੁਲੰਦ ਕਰੀਏ, ਦੋਵੇਂ ਬਾਹਾਂ ਖੜੀਆਂ ਕਰਕੇ ਸਰਦਾਰ ਤਲਵੀਰਾ ਸਾਹਿਬ, ਸਰਦਾਰ ਤਲਵੀਰ ਸਿੰਘ ਜੀ ਜੀਰਾ ਸਾਹਿਬ ਨੂੰ ਆਪਾਂ ਵਿਸ਼ਵਾਸ ਦਿਵਾਉਣਾ ਕਿ ਆਪਾਂ ਉਹਨਾਂ ਨੂੰ ਇੱਥੋਂ ਜਿੱਤ ਕੇ ਘਲਾਉਣਾ, ਉਹਨਾਂ ਦੀ ਇੱਥੇ ਜਿੱਤ ਦੀ ਮੋਹਰ ਲਾਉਣੀ ਆ ਅਤੇ ਸਾਰੀਆਂ ਸੰਗਤਾਂ ਹੁਣ ਆਪਾਂ ਕਰ ਕੇ ਨਾਰਾ ਬੁਲੰਦ ਕਰੀਏ ਜੀ, ਕਾਂਗਰਸ ਪਾਰਟੀ, ਕਾਂਗਰਸ ਪਾਰਟੀ, ਤਲਵੀਰ ਸਿੰਘ ਜੀ ਜੀਰਾ, ਤਲਵੀਰ ਸਿੰਘ ਜੀ ਜੀਰਾ। ਗਵਰਨਰ ਸਾਹਿਬ ਨੇ ਵੀ ਧੰਨਵਾਦ ਕਰਨਾ ਹੈ ਤੁਹਾਨੂੰ, ਤੁਹਾਡਾ ਸਾਰਿਆਂ ਦਾ, ਔਰ ਮੈਂ ਇੱਕ ਬੇਨਤੀ ਕਰਨੀ ਹੈ ਚਰਨਾਂ ਵਿੱਚ, ਅੱਜ ਨਾ ਤਾਂ ਜਗਾਰਾਂ ਨਾਲ ਮੈਂ ਜਿੱਤ ਸਕਦਾ ਅਤੇ ਨਾ ਤਾੜੀਆਂ ਨਾਲ। ਅੱਜ ਪਿੰਡ ਪਿੰਡ ਵਿੱਚ ਚਲੇ ਜਾਓ, ਅੱਜ ਮੈਂ ਵੇਖ ਰਿਹਾ ਮੇਰੇ ਕੋਲ ਅਮਰਦਾਸ ਸਾਹਿਬ ਸੀਨੀਅਰ ਪਾਰਟੀ ਤੌਰ ਤੇ ਬੈਠੇ, ਅੱਜ ਮੈਂ ਵੇਖ ਰਿਹਾ ਕਿ ਕਈ ਪਰਿਵਾਰਾਂ ਤੋਂ ਕਿਸੇ ਪਿੰਡੋਂ ਤੋਂ ਕਿਸੇ ਪਿੰਡੋਂ ਗੱਲ ਇਹ ਆ ਕਿ ਇਹਨਾਂ ਨੇ ਦੇਖੋ ਕਿ ਕਿੰਨਾ ਜ਼ੋਰ ਲਾਇਆ ਉਹਦਾ, ਇਕੱਲੇ ਇਕੱਲੇ ਨੂੰ ਫੋਨ ਕਰਕੇ ਅੱਜ ਸਾਰੇ ਉਹਨਾਂ ਦੀਆਂ ਬਾਹਾਂ ਬਣ ਕੇ ਬੈਠੇ ਆ, ਔਰ ਅੱਜ ਜਿੰਨੇ ਜਣੇ ਇੱਥੇ ਆਏ ਹੋ ਅੱਜ ਫੋਨ ਕਰ ਲਓ, ਤੁਸੀਂ ਸਾਰੇ ਦੋ ਦੋ ਤਿੰਨ ਤਿੰਨ ਸੌ ਬੋਰਡ ਦੇ ਮਾਲਕ ਹੋ, ਅੱਜ ਹੁਣੇ ਹੀ ਫੋਨ ਕਰ ਲਓ, ਜਿਵੇਂ ਇਹਨਾਂ ਨੇ ਇੱਕ ਇੱਕ ਬੰਦੇ ਨੂੰ ਫੋਨ ਮਾਰ ਕੇ ਕਿਹਾ ਕਿ ਬੂਟਾ ਕਾਂਗਰਸ ਨੂੰ ਆਉਣੀ ਹੈ, ਤੁਸੀਂ ਤਕੜੇ ਹੋ ਜਾਓ। ਆ ਪਿੰਡਾਂ ਦੇ ਵਿੱਚ ਮੇਰੀ ਇਹ ਗੱਲ ਸੁਣੋ, ਕਈ ਲੋਕ ਸੋਸ਼ਲ ਮੀਡੀਆ ਬਣਾ ਲੈਂਦੇ, ਬਾਈ ਜੇ ਸੋਸ਼ਲ ਮੀਡੀਆ 'ਤੇ ਵੋਟਾਂ ਪੈਂਦੀਆਂ ਹੋਣ ਫਿਰ ਤਾਂ ਸਾਰੇ ਹੀ ਜਿੱਤਦੇ ਹਨ, ਵੋਟ ਤੁਸੀਂ ਪਾਉਣੀ ਅੰਦਰ ਜਾ ਕੇ, ਤੁਹਾਨੂੰ ਇੱਕ ਤੁਸੀਂ ਦੇਖਣਾ ਹੈ, ਤੁਸੀਂ ਆਪਦੀ ਮਤਦਾਨ ਕਰਨੀ ਹੈ, ਸਹੀ ਕਹਾਉਣਾ ਦੇ ਗਲਤ ਕਹਾਉਣਾ, ਕਿਹੜਾ ਬੰਦਾ ਪੰਜਾਬ ਨੂੰ ਬਚਾ ਸਕਦਾ, ਦੇਸ਼ ਨੂੰ ਬਚਾ ਸਕਦਾ। ਅੱਜ ਮੋਦੀ ਬਚਾਓ, ਰਾਹੁਲ ਜੀ ਲਿਆਓ ਤਾਂ ਹੀ ਦੇਸ਼ ਬਚੇਗਾ, ਔਰ ਭਰਾਓ ਘਰ ਘਰ ਜਾਓ, ਅੱਜ ਅਕਾਲੀ ਵੀ ਵੋਟਾਂ ਪਾਉਣ ਨੂੰ ਤਿਆਰ ਬੈਠੇ ਆ, ਅੱਜ ਕਾਂਗਰਸੀਆਂ ਨੇ ਤਾਂ ਪਾਉਣੀਆਂ ਹੀ ਪਾਉਣੀਆਂ, ਅੱਜ ਝਾੜੂ ਵਾਲੇ ਵੋਟਾਂ ਪਾਉਣ ਨੂੰ ਤਿਆਰ ਬੈਠੇ ਆ, ਔਰ ਪਰ ਜਾਣ ਦੀ ਲੋੜ ਆ, ਜੇ ਘਰੇ ਕੋਈ ਵਿਆਹ ਰੱਖਿਆ ਹੋਵੇ ਗੁਆਂਢੀਆਂ ਦੇ ਤੇ ਬਾਈ ਜੇ ਕਾਰਡ ਨਾ ਭੇਜਣ ਆਪਾਂ ਜਾਂਦੇ ਨਹੀਂ, ਅੱਜ ਵਿਆਹ ਰੱਖਿਆ ਤੁਹਾਡੇ ਪੁੱਤਰ ਦਾ, ਇੱਕ ਨੂੰ ਘੋੜੀ ਚੜ੍ਹਨਾ, ਔਰ ਉਦੋਂ ਪਹਿਲਾਂ ਚਾਚੇ ਤਾਈਆਂ ਨੂੰ ਸਾਰਿਆਂ ਨੂੰ ਭੂਆ ਫੁੱਫੜ ਨੂੰ ਮਰਾਮ ਨੂੰ ਲਓ, ਤਾਂ ਕਿ 4 ਤਰੀਕ ਨੂੰ ਫਿਰ ਭੰਗੜਾ ਪੈਣਾ, 5 ਦੀ 4 ਤਰੀਕ ਦੀ ਹੈ, ਤਗੜੇ ਹੋ ਜਾਓ, ਸਾਥ ਦਿਓ, ਔਰ ਇਸ ਕਰਕੇ ਧੰਨਵਾਦ ਤੁਹਾਡਾ ਸਾਰਿਆਂ ਦਾ। ਪਰ ਇੱਕ ਕੰਮ ਜ਼ਰੂਰ ਕਰ ਲਿਓ, ਚਾਹੇ ਅੱਜ ਬੀਬੀਆਂ ਨਹੀਂ ਹੈਗੀਆਂ, ਜਿੱਦਣ ਵੋਟਾਂ ਪੈਣੀਆਂ ਨੇ ਉਦਣ ਇੱਕ ਛੋਟਾ ਜਿਹਾ ਨੁਕਤਾ ਜ਼ਰੂਰ ਵਰਤਣਾ, ਇੱਕ ਤਾਂ ਘਰੋਂ ਚਾਹ ਪੀ ਕੇ ਜਾਣੀ ਅਤੇ ਪ੍ਰਧਾਨ ਜੀ ਆਲੂ ਵਾਲੇ ਪਰੌਂਠੇ ਖਾ ਕੇ ਜਾਣੀ ਨਾਲ, ਅਤੇ ਆਲੂ ਵਾਲੇ ਪਰੌਂਠਿਆਂ 'ਚ ਜੀਰਾ ਜ਼ਰੂਰ ਪਵਾ ਲਿਓ, ਜੀਰਾ, ਕਿਉਂਕਿ ਜੀਰੇ ਬਿਨਾਂ ਤੜਕਾ ਨਹੀਂ ਲੱਗਦਾ ਅਤੇ ਜੀਰੇ ਬਿਨਾਂ ਸਵਾਦ ਵੀ ਨਹੀਂ ਆਉਂਦਾ, ਅਤੇ ਜਦੋਂ ਮੂੰਹ 'ਚ ਜੀਰੇ ਦਾ ਸਵਾਦ ਆਇਆ, ਗੁਰਦੁਆਰੇ ਤੱਕ ਜਾਓਗੇ ਤਾਂ ਮੂੰਹ 'ਚ ਜੀਰੇ ਦਾ ਸਵਾਦ ਰਹੂ, ਜਦੋਂ ਦੀ ਜੀਰੇ ਦਾ ਸਵਾਦ ਆਇਆ ਤਾਂ ਦਿਲ ਵੀ ਇਹ ਗੱਲ ਕਹੂੰਗਾ, ਉਹ ਜਿਵੇਂ ਨਾਰਾ ਨਹੀਂ ਲਿਖਿਆ ਹੈਗਾ, ਦਿਲ ਦੀ ਚੁਣਾਂਗੇ ਜੀਰਾ ਹੀ ਚੁਣਾਂਗੇ, ਅਤੇ ਬਾਈ 2 ਨੰਬਰ 'ਤੇ ਆ ਮਸ਼ੀਨ ਦੇ ਉੱਤੇ ਬਟਨ ਆਪਣਾ, ਅਤੇ ਜਿਵੇਂ ਕਹਿੰਦੇ 5 ਦਾ ਬਟਨ ਦਬਾ ਕੇ ਟੀ 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 ਕਰਾ ਦਿਓ, ਅਤੇ ਆਹ ਜਿਹੜੇ ਝੂਠੇ ਜਿਹੇ ਇਹਨਾਂ ਦੀ ਪੀ 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 ਕਰਾ ਦਿਓ, ਔਰ ਤੁਹਾਡੇ ਨਾਲ ਅੱਜ ਵਾਅਦਾ ਕਰਦਾ ਦਫ਼ਤਰ ਵੀ ਬਣਾਵਾਂਗੇ, ਵਿਆਹ ਵੀ ਉਦਣ ਇੱਥੇ ਕਰੂੰ, ਔਰ ਇਸ ਗੱਲ ਦਾ ਵੀ ਵਾਅਦਾ ਕਰਦਾ ਕਿ ਅੱਜ ਇਹ ਜਿਹੜੀ ਸਿਰ 'ਤੇ ਪੱਗ
ਜਦੋਂ ਜੀਰਾ ਸਾਹਿਬ ਦਾ ਭੋਗ ਸੀ ਤੁਸੀਂ ਸਾਰੇ ਗਏ ਸੀ, ਜਦੋਂ ਬਾਪੂ ਦੀ ਪੱਗ ਮਿਲੀ ਸਿਰ 'ਤੇ ਰੱਖੀ ਉਦੋਂ ਪਤਾ ਲੱਗਿਆ ਕਿ ਜ਼ਿੰਮੇਵਾਰੀ ਕੀ ਹੁੰਦੀ। ਬਾਪੂ ਦੇ ਸਿਰ 'ਤੇ ਤਾਂ ਮੌਜਾਂ ਹੀ ਰਹੀਆਂ ਸੀ, ਔਰ ਅੱਜ ਮੇਰਾ ਬਾਪੂ ਜਿਉਂਦਾ ਹੁੰਦਾ ਮੈਂ MLA ਹੁੰਦਾ, ਮੈਨੂੰ MP ਲੜਨ ਦੀ ਲੋੜ ਨਹੀਂ ਸੀ ਪੈਂਦੀ। ਔਰ ਇਸ ਕਰਕੇ ਭਰਾਓ ਅੱਗੇ ਪਰਿਵਾਰਕ ਜ਼ਿੰਮੇਵਾਰੀ ਸੀ, ਜੀਰੇ ਦੀ ਜ਼ਿੰਮੇਵਾਰੀ ਸੀ। ਔਰ ਸਿੱਕੀ ਸਾਹਿਬ ਉਹਨਾਂ ਨੇ ਸਾਰੀ ਲੀਡਰਸ਼ਿਪ ਨੇ ਕਿਰਪਾ ਕੀਤੀ ਹੈ, ਜ਼ਿੰਮੇਵਾਰੀ ਨਾ ਰੱਖਿਆ ਦੀ। ਔਰ ਤੁਹਾਡੇ ਨਾਲ ਵਾਅਦਾ ਕਰਦਾ ਜਿੱਦਾਂ ਕੇ ਭੇਜੋ ਪਾਰਲੀਮੈਂਟ 'ਚ ਤੁਹਾਡੀ ਆਵਾਜ਼ ਬਣ ਕੇ ਗੂੰਜਾਂਗਾ। ਔਰ ਇਹ ਜਿਹੜੀ ਪੱਗ ਆ ਇਹ ਨਾ ਰੱਖਿਆ ਦੀ ਪੱਗ ਆ, ਇਹਨੂੰ ਕਦੀ ਦਾਗ ਨਹੀਂ ਲੱਗਣ ਦਿੰਦਾ, ਹਮੇਸ਼ਾ ਉੱਚੀ ਕਰਕੇ ਰੱਖਾਂਗੇ, ਵਾਅਦਾ ਕਰਕੇ ਚੱਲਿਆ ਅੱਜ ਤੁਹਾਡੇ। ਪੰਜ ਨਾਰੇ ਲਾਉਣੇ ਆ ਕਿਉਂਕਿ ਮੈਂ ਤਾਂ ਗਰਮ ਹੋ ਗਿਆ, ਪਰ ਤੁਸੀਂ ਅਜੇ ਮੈਨੂੰ ਇੰਨੇ ਠੰਡੇ ਲੱਗਦੇ ਆ। ਦੋਵੇਂ ਹੱਥ ਖੜੇ ਕਰਕੇ ਤੇ ਚਾਚਾ ਜੀ ਰੇਟ ਤੁਸੀਂ ਲਿਆ ਜੇ, ਜਿੰਨਾ ਡੇਢ ਕੁ ਹੋਇਆ ਉਹਨਾਂ ਦਾ ਮੈਨੂੰ ਤਰਲਾ ਕਰ ਲਿਓ, ਕਦੇ ਇਹਨਾਂ ਨੇ ਕਿਸੇ ਨਾ ਕਿਸੇ ਨੂੰ ਮਿਲ ਕੇ ਆਇਆ ਹੋਵੇ। ਮੇਰੇ ਬਹੁਤ ਹੀ ਸਤਿਕਾਰਯੋਗ ਜ਼ੀਰਾ ਸਾਹਿਬ, ਜਿਹੜੇ ਕਾਂਗਰਸ ਪਾਰਟੀ ਨੇ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਲਈ ਉਮੀਦਵਾਰ ਬਣਾ ਕੇ ਭੇਜੇ ਨੇ, ਆਪਾਂ ਸਾਰੇ ਇਹਨਾਂ ਦੀ ਇਸ ਕੰਪੇਨ ਨੂੰ ਅੱਗੇ ਵਧਾਉਣ ਲਈ ਇਕੱਤਰ ਹੋਏ ਹਾਂ। ਵੀਰ ਸਿੰਘ ਜੀ ਜ਼ੀਰਾ ਸਾਡੇ ਹੋਣ ਵਾਲੇ ਮੈਂਬਰ ਪਾਰਲੀਮੈਂਟ ਸਾਹਿਬ, ਸਰਦਾਰ ਰਮਨਜੀਤ ਸਿੰਘ ਜੀ ਸਿੱਕੀ ਸਾਬਕਾ MLA ਖਡੂਰ ਸਾਹਿਬ, ਉਹਨਾਂ ਦੇ ਜ਼ੀਰਾ ਸਾਹਿਬ ਦੇ ਨਾਲ ਆਏ ਹੋਰ ਕਈ ਸੱਜਣ, ਚੇਅਰਮੈਨ ਸਾਹਿਬ, ਸਰਪੰਚ ਸਾਹਿਬ, ਮੈਂਬਰ ਪੰਚਾਇਤ ਅਤੇ ਹੋਰ ਜਿਹੜੇ ਸਿਰਣਾ ਪਿਆਰ ਰੱਖਣ ਵਾਲੇ ਸਾਰੇ ਜਿਹੜੇ ਆਏ ਆ, ਮੈਂ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਰਿਣੀ ਹਾਂ। ਤੁਸੀਂ ਇੰਨੀ ਗਰਮੀ ਦੇ ਵਿੱਚ 2 ਦਿਨ ਘੰਟੇ ਕੱਢ ਕੇ ਭੇਜੇ ਜੀ, ਅਤੇ ਆਪਣਾ ਇੱਕੋ ਹੀ ਏਮ ਆ ਵੀ ਵੱਧ ਤੋਂ ਵੱਧ ਜਾ ਕੇ ਪਿੰਡਾਂ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਜਨਤਾ ਨੂੰ ਜਿਹੜਾ ਪ੍ਰੇਰਨਾ ਦਿਓ, ਗਲਤ ਪਾਸੇ ਰੋਟ ਨਾ ਪਾਓ। ਔਰ ਜੋ ਕਾਂਗਰਸ ਪਾਰਟੀ ਤੁਹਾਡਾ ਪੈਦਾ ਕਰ ਸਕਦੀ ਆ, ਉਹ ਹੋਰ ਕੋਈ ਪਾਰਟੀ ਪੈਦਾ ਨਹੀਂ ਕਰ ਸਕਦੀ। ਤੁਹਾਨੂੰ ਅਸੀਂ ਪਬਲਿਕ ਕੱਢੇ ਨੇ, ਇਹਦੇ ਵਿੱਚ ਸਾਰੀ ਜੋ ਕਾਂਗਰਸ ਪਾਰਟੀ ਦੇ ਵਹਿਦੇ ਨੇ ਉਹ ਸਾਰੇ ਵਹਿਦੇ ਪੂਰੇ ਕੀਤੇ ਜਾਣਗੇ। ਬਾਕੀ ਮੈਂ ਤੁਹਾਨੂੰ ਜ਼ੀਰਾ ਸਾਹਿਬ ਦਾ ਪਿਛੋਕੜ ਦੱਸ ਦਿਆਂ, ਸਾਡੇ ਪਾਕਿਸਤਾਨ ਤੋਂ ਹੀ ਵੱਡੇ ਵਡੇਰੇ ਆਪਸ ਵਿੱਚ ਰਿਸ਼ਤੇਦਾਰ ਸੀ, ਔਰ ਉਸ ਤੋਂ ਬਾਅਦ ਨਾ ਪੀੜ੍ਹੀ ਦਰ ਪੀੜ੍ਹੀ ਕੰਮ ਸਾਡਾ ਚੱਲੇ ਚੜਾਉਂਦਾ, ਸਾਡੀ ਬੜੀ ਖੁੱਲ੍ਹੀ ਸਾਂਝ ਆ। ਇਹ ਮੇਰੇ ਭਤੀਜਾ ਜੀ ਸਮਝ ਲਓ ਤੁਸੀਂ, ਅਤੇ ਇਸ ਕਰਕੇ ਤੁਹਾਡਾ ਮੇਰੇ 'ਤੇ ਅਹਿਸਾਨ ਹੋਊਗਾ। ਇਹਨਾਂ ਨੂੰ ਕੋਈ ਇੱਕ ਵੀ ਵੋਟ ਖਰਾਬ ਨਾ ਹੋਣ ਦਿਓ, ਔਰ ਵੱਧ ਚੜ੍ਹ ਕੇ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਬਣਾਓ। ਤੁਸੀਂ ਆਪਣੀ ਸਾਰੀ ਵੋਟ ਜਿਹੜੀ ਆ ਸਿੱਧੇ ਹੋ ਕੇ ਕਾਂਗਰਸ 'ਤੇ 5 ਦੇ ਮੋਹਰ ਲਾ ਕੇ ਅਤੇ ਸਰਦਾਰ ਕੁਲਵੀਰ ਸਿੰਘ ਜ਼ੀਰਾ ਜੀ ਨੂੰ ਤੁਸੀਂ ਕਾਮਯਾਬ ਕਰਨਾ, ਅਤੇ ਮੈਂ ਫਿਰ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਰਿਣੀ ਹਾਂ, ਔਰ ਜ਼ੀਰਾ ਸਾਹਿਬ ਦਾ ਵੀ ਰਿਣੀ ਹਾਂ ਵੀ ਇੰਨੇ ਘੇਰੇ ਜੋ ਤੁਸੀਂ ਟਾਈਮ ਕੱਢ ਕੇ ਇੱਥੇ ਦਰਸ਼ਨ ਦਿੱਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਪਹਿਲਾਂ ਪਿਆਰ ਭਰੀ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਰਿਸ਼ਤੇਦਾਰ ਸਰਦਾਰ ਆਨੰਦਜੀਤ ਸਿੰਘ ਡੀ ਏ ਜੀ ਸਾਹਿਬ, ਅੱਜ ਇਹਨਾਂ ਦੀ ਗ੍ਰਹਿ ਵਿਖੇ ਜਿਹੜਾ ਹੈ ਕਿ ਅੱਜ ਇੱਕ ਵਾਈਕਰ ਮੀਟਿੰਗ ਰੱਖੀ ਸੀ, ਪਰ ਉਹ ਮੀਟਿੰਗ ਰੈਲੀ ਦਾ ਰੂਪ ਧਾਰ ਗਈ। ਔਰ ਤੁਸੀਂ ਵੇਖਿਆ ਹੈ ਕਿ ਕਿੰਨਾ ਭਾਰੀ ਉਤਸ਼ਾਹ ਜਿਹੜਾ ਉਹ ਸਾਰਿਆਂ ਦੇ ਵਿੱਚ ਵੇਖਣ ਨੂੰ ਮਿਲਿਆ। ਅੱਜ ਜਿੱਥੇ ਵੀ ਜਾ ਰਿਹਾ ਸਵੇਰ ਤੇ ਮੇਰੇ ਜਿਹੜੇ ਪ੍ਰੋਗਰਾਮ ਨੇ ਸ਼੍ਰੀ ਤਰਨ ਤਾਰਨ ਸਾਹਿਬ ਵਿਧਾਨ ਸਭਾ ਦੇ ਵਿੱਚ ਨੇ, ਔਰ ਜਿੱਥੇ ਜਿੱਥੇ ਜਾ ਰਿਹਾ ਮੈਂ, ਬਹੁਤ ਵਧੀਆ ਮਾਹੌਲ ਹੈ। ਔਰ ਲੋਕ ਮਨ ਬਣਾ ਕੇ ਬੈਠੇ ਨੇ ਕਿ ਅਸੀਂ ਇਸ ਵਾਰੀ ਵੋਟ ਜਿਹੜੀ ਉਹ ਕਾਂਗਰਸ ਦੀ ਸਰਕਾਰ ਆਉਣੀ ਚਾਹੀਦੀ ਹੈ, ਕਿਉਂਕਿ ਮੋਦੀ ਸਾਹਿਬ ਨੇ ਜਿਹੜਾ ਲੋਕਾਂ ਨੂੰ ਜਿਹੜਾ ਜਨਤਾ ਨੂੰ ਵਿਤਾੜਿਆ, ਔਰ ਜੋ ਇੱਥੋਂ ਦੀ ਸਰਕਾਰ ਆ ਪੰਜਾਬ, ਜਿਹੜੇ 30 ਕਿਲੋ ਦਾਣੇ ਮਿਲਦੇ ਸੀ ਕਿ ਕਾਂਗਰਸ ਸਰਕਾਰ 'ਚ, ਅੱਜ 5 ਕਿਲੋ ਮਿਲਦੇ। ਇਸ ਕਰਕੇ ਇਹ ਹੈ ਕਿ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹਾਂ ਲੋਕ ਮਨ ਬਣਾਈ ਬੈਠੇ ਆ, ਔਰ ਲੋਕ ਧੀਰਾਂ ਕੱਤ ਕੇ ਜਿਹੜਾ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ, ਕਿਉਂਕਿ ਅੱਜ ਤੱਕ ਉਹਨਾਂ ਨੇ ਖੂਨ ਹੀ ਨਿਚੋੜਿਆ। 750 ਕਿਸਾਨ ਸਾਡੇ ਸ਼ਹੀਦ ਹੋਏ ਆ, ਠੀਕ ਹੈ। ਉਦੋਂ ਬਾਅਦ ਸਾਡਾ ਸ਼ੁਭਦੀਪ ਦੀ ਗੱਲ ਕਰ ਲਈ, ਗੱਲ ਤਾਂ ਹੈ ਕਿ ਬਈ ਇਹਨਾਂ ਨੇ ਤਾਂ ਖੂਨ ਹੀ ਲਿਆ ਪੰਜਾਬ ਨੂੰ। ਔਰ ਮੇਰੇ ਪਿਤਾ ਜੀ ਜਦੋਂ ਕਿਸਾਨ ਸੰਘਦੇ ਸੀ ਅਤੇ ਉਦੋਂ ਕਿਸਾਨਾਂ ਦਾ ਖੂਨ ਜਿਹੜਾ ਨਿਚੋੜ ਰਹੇ ਸੀ, ਠੀਕ ਹੈ। ਉਹ ਕਿਸਾਨ ਸੰਘ ਦੇ ਚੇਅਰਮੈਨ ਹੁੰਦੇ ਆ, ਜਦੋਂ ਮੋਦੀ ਸਾਹਿਬ ਉਦੋਂ ਇੱਥੇ ਆਏ ਸੀਗੇ ਚੰਡੀਗੜ੍ਹ 'ਚ, ਅਤੇ ਉਦੋਂ ਖੂਨ ਦਾ ਪਿਆਲਾ ਜਿਹੜਾ ਉਹ ਮੇਰੇ ਪਿਤਾ ਜੀ ਨੇ ਜਿਹੜਾ ਕਿ ਮੋਦੀ ਸਾਹਿਬ ਨੂੰ ਭੇਟ ਕੀਤਾ ਸੀਗਾ ਕਿ ਤੁਸੀਂ ਕਿਸਾਨਾਂ ਦਾ ਖੂਨ ਨਾ ਪੀਓ, ਬਲਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ। ਇਹ ਹੈ ਕਿ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਆਪਦਾ ਕੋਈ ਬਿਆਨ ਇੱਕ ਰੱਖਣ, ਉੱਥੇ ਅੰਮ੍ਰਿਤਸਰ ਸਾਹਿਬ ਗਏ, ਉੱਥੇ ਕਹਿੰਦੇ ਮੈਨੂੰ 1 ਦੇ ਦਿਓ, ਇਹ ਦੇ ਵੀ ਥਸਲਾ ਜਾ ਦਿਓ ਜਿਹੜਾ ਕਹਿੰਦਾ ਟਮਾਤਰ, ਠੀਕ ਹੈ। ਹੁਣ ਇੱਥੇ ਆ ਗਏ ਆ, ਇੱਥੇ ਕਹਿੰਦੇ ਉਹ ਦੇ ਦਿਓ ਜਿਹੜਾ ਦਿਹਾੜੀ 'ਚ ਆਪ 3-3 ਵਾਰੀ ਪੀਂਦਾ। ਮੁੱਖ ਮੰਤਰੀ ਸਾਹਿਬ ਪਹਿਲਾਂ ਤਾਂ ਡੋਪ ਟੈਸਟ ਤਾਂ ਕਰੋ, ਪਹਿਲਾਂ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਕਿਹੋ ਜਿਹੀ ਜਾ ਦਿੱਤਾ। ਇਸ ਕਰਕੇ ਗੱਲ ਇਹ ਆ ਕਿ ਲੋਕ ਜ਼ਮਾਨਤ ਜ਼ਬਤ ਕਰਾ ਕੇ ਇੱਥੋਂ ਭੇਜਣਗੇ। ਔਰ ਮੈਂ MLA ਨੂੰ ਇੱਕ ਬੇਨਤੀ ਕਰਨੀ ਚਾਹੀਦੀ, ਜਿੰਨੀ ਮਾੜੀ ਆਮ ਆਦਮੀ ਪਾਰਟੀ ਦੇ MLA ਨਾਲ ਹੋ ਰਹੀ ਹੈ, ਜਿੱਦਣ ਕਾਗਜ਼ ਭਰਨੇ ਸੀ ਉੱਦਣ ਧੱਕੇ ਵੱਜੇ ਧੋਨਨ ਨੂੰ ਸਾਹਿਬ ਨੂੰ, ਉੱਦਣ ਧੱਕੇ ਵੱਜੇ ਜੀਰੇ ਵਾਲੇ MLA ਨੂੰ, ਔਰ ਉੱਦਣ ਆ ਜਿਹੜੀ ਹੁਣ ਕੱਲ੍ਹ ਜਦੋਂ ਮੁੱਖ ਮੰਤਰੀ ਸਾਹਿਬ ਆਏ ਆ, ਔਰ ਜਿਹੜਾ ਇੱਥੋਂ ਦੇ MLA ਸਾਹਿਬ ਨੇ ਸੋਲ ਸਾਹਿਬ, ਉਹਨਾਂ ਨੂੰ ਗੱਡੀ ਦੇ ਵਿੱਚੋਂ ਧੱਕੇ ਮਾਰ ਕੇ ਲਾ ਦਿੱਤਾ ਗਿਆ, ਜੋ ਕਿ ਵੀਡੀਓ ਸਾਹਮਣੇ ਆਈ। ਇਸ ਕਰਕੇ ਮੈਂ ਉਹਨਾਂ ਨੂੰ ਕਹਿੰਦਾ ਕਿ ਜਿੱਥੇ MLA ਆ ਦਾ ਕੋਈ ਇੱਜ਼ਤ ਮਾਣ ਹੈ ਨਹੀਂ, ਉੱਥੇ ਆਮ ਵੋਟਰਾਂ ਦਾ ਕੀ ਇੱਜ਼ਤ ਮਾਣ ਹੈ। 13 ਸੀਟਾਂ ਦੇ ਇਲੈਕਸ਼ਨ ਚੱਲਦਾ, ਇੱਕ ਹੀ ਸੀਟ ਆ 543 ਸੀਟਾਂ 'ਚ, ਔਰ ਪੰਜਾਬ ਦੀਆਂ 13 ਨੇ। ਔਰ 13 ਦੇ ਵਿੱਚ ਇਹ ਦੱਸਣਾ ਚਾਹੁੰਦਾ ਕਿ 12 'ਤੇ ਤਾਂ ਕੋਈ ਨਾ ਕੋਈ ਤੁਹਾਡੇ ਕੋਲ ਬਿਆਨ ਆਇਆ ਹੋਊਗਾ ਕਿ ਇੱਥੇ ਰੁੱਸ ਗਿਆ, ਇੱਥੇ ਇਹਨੂੰ ਬਣਾਇਆ ਗਿਆ। ਬਈ ਇੱਥੇ ਤਾਂ ਮੈਨੂੰ ਕੋਈ ਫਿਕਰ ਹੀ ਕੋਈ ਨਹੀਂ, ਮੈਂ ਜਿੱਥੇ ਜਾਂਦਾ ਉਹ ਕਹਿੰਦੇ ਜੀਰਾ 13 ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ। ਔਰ ਸਾਰੇ ਬਈ ਆਪ ਜਿਹੜਾ ਕਿ ਵੱਧ ਚੜ੍ਹ ਕੇ ਜਿਹੜਾ ਕੰਮ ਕਰ ਰਿਹਾ, ਕਿਉਂਕਿ ਮੈਂ ਉਹਨਾਂ ਦਾ ਲਾਡਲਾ ਵਾਂ, ਸਭ ਤੋਂ ਛੋਟਾ ਵਾਂ, ਔਰ ਇਹ ਮੇਰੇ ਤੋਂ ਵੱਡੇ ਆ, ਸੀਨੀਅਰ ਆ। ਇਸ ਕਰਕੇ ਬਈ ਇੱਥੇ ਮੈਨੂੰ ਕੋਈ ਫਿਕਰ ਨਹੀਂ, ਕਿਉਂਕਿ ਮੈਨੂੰ ਤਾਂ ਇੱਦਾਂ ਕੋਈ ਮਿਲੀ ਨਹੀਂ ਕਿ ਉਹ ਮੈਦਾਨ 'ਚ ਤਾਂ ਮੁਕਾਬਲਾ ਤਾਂ ਫਿਰ ਸਮਝਾਂ। ਮੈਂ ਜਿੰਨੇ ਪ੍ਰੋਗਰਾਮਾਂ 'ਤੇ ਜਾਂਦਾ, ਅੱਜ ਦੇ 12 ਪ੍ਰੋਗਰਾਮ ਸੀ, ਮੈਨੂੰ 1 ਗੱਡੀ ਨਹੀਂ ਕਿਸੇ ਦੀ ਮਿਲੀ। ਜੇ ਤੱਕ ਮੈਨੂੰ ਰਸਤੇ 'ਚ ਮਿਲੇ ਕੋਈ ਪ੍ਰੋਗਰਾਮ ਦੱਸੇ ਤਾਂ, ਹਾਂ ਇੱਕ ਪ੍ਰੋਗਰਾਮ ਮੈਂ ਜ਼ਰੂਰ ਵੇਖਿਆ ਜਦੋਂ ਮੈਂ ਪਹਿਲਾਂ ਤਰਨ ਤਾਰਨ ਸਾਹਿਬ ਰੱਖਿਆ, ਉਹ ਮੈਂ ਪ੍ਰੋਗਰਾਮ ਵੇਖਿਆ ਆਪਣਾ ਜਦੋਂ ਆਪਾਂ ਜਾਂਦੇ ਹਾਂ ਨਸ਼ਹਿਰੇ ਢਾਲੇ, ਅਤੇ ਉਹ ਮੈਨੂੰ ਬਾਅਦ 'ਚ ਪਤਾ ਲੱਗਾ ਕਿ ਇਹ ਜਿਹੜਾ ਪ੍ਰੋਗਰਾਮ ਆ ਇਹ ਕਾਂਗਰਸ ਦਾ ਪ੍ਰੋਗਰਾਮ ਹੈ, ਔਰ ਇੱਥੇ ਔਜਲਾ ਸਾਹਿਬ ਆ ਰਹੇ ਨੇ ਕਿ ਇਹ ਜਿਹੜਾ ਇੱਧਰਲੇ ਜਿਹੜੇ ਘਰ ਨੇ ਉਹ ਤਰਨ ਤਾਰਨ ਸਾਹਿਬ 'ਚ ਪੈਂਦੇ ਆ ਅਤੇ ਇੱਧਰਲੇ ਅੰਮ੍ਰਿਤਸਰ 'ਚ ਪੈਂਦੇ ਆ। ਮੈਂ ਹੋਰ ਕਿਤੇ ਮੁਕਾਬਲੇ ਜਿੱਥੇ ਵੀ ਨਾ ਕਾਂਗਰਸ ਹੀ ਵੇਖਦਾ ਹਾਂ, ਕਿਉਂਕਿ ਜੀਰਾ ਪਰਿਵਾਰ ਤਾਂ ਜਦੋਂ ਪਹਿਲਾਂ ਅੱਤਵਾਦ ਦੇ ਵਿੱਚ ਜਦੋਂ ਮੇਰੇ ਪਿਤਾ ਜੀ ਯਾਦ ਇਲੈਕਸ਼ਨ ਲੜੇ, ਅਤੇ ਉਦੋਂ ਉਹਨਾਂ ਨੇ ਵਿਧਾਨ ਸਭਾ ਦੀਆਂ ਪੌੜੀਆਂ ਮੇਰੇ ਪਿਤਾ ਜੀ ਨੂੰ ਚੜ੍ਹਾਇਆ, ਅਸੀਂ ਤਾਂ ਬਈ ਉਦੋਂ ਤੋਂ ਹੀ 7 ਪੀੜ੍ਹੀਆਂ ਜਿਹੜਾ ਉਹ ਦੇਣੀ ਵੀ ਦੇ ਸਕਦੀਆਂ। ਅਤੇ ਗੱਲ ਤਾਂ ਹੈ ਕਿ ਹੁਣ ਜਿਹੜੇ ਮੈਂ ਨਾ ਅੱਜ ਜਿਹੜੇ 45 ਡਿਗਰੀ 44 ਡਿਗਰੀ ਜਿਹੜੇ ਝੰਡੇ ਫੜ ਕੇ ਜਿਹੜੇ ਤੁਰੇ ਫਿਰਦੇ, ਅੱਜ ਉਹਨਾਂ ਨੇ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਮੇਰੇ ਫਾਦਰ ਸਾਹਿਬ ਹੈ ਜਾਂ ਨਹੀਂ। ਅੱਜ ਐਂ ਲੱਗਦਾ ਕਿ ਉਹਨਾਂ ਨੇ ਪਿਤਾ ਵਾਲਾ ਜਿਹੜਾ ਆਸ਼ੀਰਵਾਦ ਹੈ ਉਹ ਮੈਨੂੰ ਦਿੱਤਾ, ਔਰ ਮੈਂ ਹਮੇਸ਼ਾ ਜਿਹੜਾ ਉਹਨਾਂ ਸਾਰਿਆਂ ਦਾ ਰਿਣੀ ਰਹਾਂਗਾ।
ਔਰ ਵਿਸ਼ਵਾਸ ਦਿਵਾਉਣਾ ਕਿ ਇਹ ਪੱਗ ਜਿਹੜੀ ਹੈ ਇਹ ਜੀਰੇ ਵਾਲਿਆਂ ਦੀ ਗੱਲਿਆਂ ਦੀ ਪੱਗ ਨਹੀਂ, ਨੌਂ ਹਲਕਿਆਂ ਦੀ ਪੱਗ ਆ, ਔਰ ਉਹਨਾਂ ਦੀ ਆਵਾਜ਼ ਬਣ ਕੇ ਪਾਰਲੀਮੈਂਟ 'ਚ ਗੂੰਜਾਂਗਾ, ਔਰ ਇਸ ਪੱਗ ਨੂੰ ਕਦੀ ਦਾਗ ਨਹੀਂ ਲੱਗਣਾ। ਕਿੰਨੇ ਨੰਬਰ ਵਾਲਾ ਬਟਨ ਦਬਾਉਣ ਫਿਰ ਕੀ 1 ਜੂਨ ਨੂੰ ਨੌਂ ਹਲਕਿਆਂ ਦੇ ਲੋਕ? ਗੱਲ ਇਹ ਆ ਬਈ 2 ਨੰਬਰ 'ਤੇ ਬਟਨ ਆ, ਔਰ 2 ਨੰਬਰ ਵਾਲਾ ਜਿਹੜਾ ਬਟਨ ਆ ਚੋਣ ਨਿਸ਼ਾਨ 5 ਦਾ ਉਹ ਦਬਾ ਕੇ ਜਿਹੜਾ ਜਿਤਾ ਕੇ ਭੇਜੋ। ਮੈਂ ਤੁਹਾਨੂੰ ਜੀਰਾ ਪਰਿਵਾਰ ਬਾਰੇ ਜਾਣਕਾਰੀ ਦੇਣਾ ਚਾਹੁੰਦਾ। ਇਹ ਪਰਿਵਾਰ ਹਮੇਸ਼ਾ ਹੀ ਔਰ ਇਹ ਕਦੀ ਵੀ ਕਿਸੇ ਨੂੰ ਕੰਮ ਕਾਜ ਤੋਂ ਮੋੜਦੇ ਨਹੀਂ, ਆਪਣੀ ਹਿੱਕ ਨਾਲ ਲਾਉਂਦੇ ਨੇ, ਪਿਆਰ ਕਰਦੇ ਨੇ, ਔਰ ਜੋ ਵੀ ਕੰਮ ਜਿੱਥੇ ਵੀ ਹੋਵੇ ਉੱਥੇ ਆਪ ਨਾਲ ਲੈ ਕੇ ਪਹੁੰਚਦੇ ਨੇ। ਇਸ ਤੋਂ ਵੱਡੀ ਮਤਲਬ ਮੈਂ ਤੁਹਾਨੂੰ ਕੁਛ ਨਹੀਂ ਕਹਿ ਸਕਦਾ ਵੀ ਇਹ ਜਿਹੜਾ ਪਰਿਵਾਰ ਆ ਇਹ ਪਰਿਵਾਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਕਰਕੇ ਵਿਖਾਊਗਾ। ਇਸ ਕਰਕੇ ਮੈਂ ਸਾਰੇ ਇਲਾਕੇ ਦੇ ਪਾਰਲੀਮੈਂਟ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਾ, ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਅਤੇ ਕਾਮਯਾਬ ਬਣਾਈਏ ਤਾਂ ਜੋ ਸਾਡੇ ਤਰਨ ਤਾਰਨ ਹਲਕੇ ਦਾ ਜਿਹੜਾ ਵਿਕਾਸ ਹੋ ਸਕੇ, ਅਤੇ ਸਾਰੇ ਜਿਹੜਾ ਹਰ ਇੱਕ ਗਰੀਬ ਅਮੀਰ ਦੀ ਇਹ ਬਾਂਹ ਫੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।